ਫਰਜ਼ੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਕਈ ਮਾਵਾਂ ਦੇ ਪੁੱਤ ਵਿਦੇਸ਼ਾਂ ਦੇ ਵਿੱਚ ਲਾਪਤਾ ਹੋ ਕੇ ਰਹਿ ਗਏ ਨੇ। ਕੁਝ ਤਾਂ ਉੱਥੋਂ ਵਾਪਸ ਪਰਤ ਆਏ ਨੇ ਅਤੇ ਕੁਝ ਅਜੇ ਵੀ ਉੱਥੇ ਦਰ ਦਰ ਦੀਆਂ ਠੋਕਰਾਂ ਖਾ ਕੇ ਪੱਤ ਤੋਂ ਪੱਤਰ ਜ਼ਿੰਦਗੀ ਜੀਣ ਦੇ ਲਈ ਮਜਬੂਰ ਹੋ ਰਹੇ ਨੇ। ਇਹ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਪਰਮਜੀਤ ਕੌਰ, ਜਿਸ ਦੀਆਂ ਅੱਖਾਂ ਦੇ ਅਥਰੂ ਵੀ ਆਪਣੇ ਪੁੱਤ ਦੀ ਉਡੀਕ ਦੇ ਵਿੱਚ ਪਥਰਾ ਚੁੱਕੇ ਨੇ। ਇਸ ਦਾ ਪੁੱਤ ਦਲਜੀਤ ਸਿੰਘ ਅੱਜ ਤੋਂ 6 ਸਾਲ ਪਹਿਲਾਂ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਸਾਊਦੀ ਅਰਬ ਗਿਆ ਸੀ, ਪਰ ਹਾਲਾਤ ਕੁਝ ਅਜਿਹੇ ਬਣੇ ਕਿ ਉਹ 6 ਸਾਲ ਬਾਅਦ ਵੀ ਆਪਣੇ ਘਰ ਵਾਪਸ ਨਹੀਂ ਮੁੜ ਪਾਇਆ। ਸਭ ਤੋਂ ਵੱਡੀ ਦੁਖਦ ਗੱਲ ਇਹ ਰਹੀ ਕਿ ਦਲਜੀਤ ਦੇ ਪਿਤਾ ਦੀ ਕੈਂਸਰ ਦੇ ਨਾਲ ਜਦੋਂ ਮੌਤ ਹੋਈ ਤਾਂ ਉਹ ਆਪਣੇ ਪਿਤਾ ਦੇ ਸੰਸਕਾਰ ਤੇ ਵੀ ਨਹੀਂ ਪਹੁੰਚ ਪਾਇਆ। ਹੋਇਆ ਕਿ ਮੁੰਡੇ ਨੂੰ ਬਾਹਰ ਘੱਲਿਆ, ਗਰੀਬੀ ਗਰੂਬੀ ਬੜੀ ਤੇ ਉਹਦਾ ਕਰਕੇ ਬਾਹਰ ਘੱਲੇ, ਵੀ ਚੱਲ ਪੈਸੇ ਪੂਏ ਕਮਾਊਗਾ, ਜੋ ਗੱਲ ਨਹੀਂ ਬਣੀ ਸਾਡੀ ਕਮਾਉਣ ਕਮਾਉਣ ਦੀ। ਉਹ ਤਾਂ ਬਾਊ ਨਹੀਂ ਚੰਗਾ ਮਿਲਿਆ, ਉਹਨੇ ਪਾਸਪੋਰਟ ਖੋਲਿਆ ਵਾ ਅਤੇ ਮੁੰਡਾ ਵਿਚਾਰਾ ਹੁਣ ਅੰਦਰ ਅੰਦਰ ਬੰਦ ਕਰ ਦਿੰਦੇ ਜਦੋਂ ਆਉਣ ਦਾ ਨਾਂ ਲੈਂਦੇ, ਕਿ ਉਹ ਵੀ ਬੜਾ ਬਿਮਾਰ ਆ ਤਾਂ ਵੀ ਨਹੀਂ ਆਇਆ, ਕਿ ਹੁਣ ਤੁਰ ਗਿਆ ਬਿਮਾਰ ਵੀ ਗਿਆ ਤਾਂ ਵੀ ਨਹੀਂ ਇੰਨਾ ਘੱਲਿਆ। ਪਰਮਜੀਤ ਕੌਰ ਦੇ ਮੁਤਾਬਕ ਦਲਜੀਤ ਜਿਸ ਕੰਪਨੀ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਕੰਮ ਕਰਦਾ ਹੈ, ਕੰਪਨੀ ਦੇ ਵੱਲੋਂ ਉਸ ਦਾ ਪਾਸਪੋਰਟ ਖੋ ਕੇ ਰੱਖਿਆ ਗਿਆ। ਮੇਰਾ ਕਹਿੰਦਾ ਮੇਰਾ ਭਰਾ 5 ਸਾਲ ਹੋ ਗਏ ਜੀ ਬਾਹਰ ਗਏ ਨੂੰ, ਬੜੀ ਗਰੀਬੀ ਕਰਕੇ ਭੇਜਿਆ ਜੀ ਬਾਹਰ, ਜੀ ਕੋਈ ਕਮਾ ਕੇ ਦਿਓ ਕੁਛ, ਪਰ ਜੀ ਉਹਨੂੰ 5 ਸਾਲ ਹੋ ਗਏ ਅਤੇ ਫਸਿਆ ਜੀ, ਉਹਨੂੰ ਕੁੱਟਦੇ ਮਾਰਦਿਆ ਜੀ, ਅਤੇ ਉਹ ਬੜੀ ਕੋਸ਼ਿਸ਼ ਕਰਦਾ ਹੁੰਦੀ ਪਰ ਉਹਨੂੰ ਭੇਜ ਦੇਣੀ ਉਹਦਾ ਪਾਸਪੋਰਟ ਖੋਲਿਆ, ਅਤੇ ਹੁਣ ਬੜੇ ਘਰ ਦੇ ਹਾਲਾਤ ਮਾਰਿਆ ਜੀ, ਛੋਟਾ ਭਰਾ ਆਪਣਾ ਕਮਾਉਂਦਾ ਵਾ ਪਰ ਉਹਦੀ ਕਮਾਈ ਨਾਲ ਕੁਛ ਬਣਦਣੀ ਜੀ ਬੜੇ। ਮੰਗ ਕੀ ਕਰਦੇ ਸਰਕਾਰ? ਅਸੀਂ ਮੰਗ ਕਰਦੇ ਹਾਂ ਸਾਡਾ ਯਾਰ ਭਰਾ ਛੇਤੀ ਕਰ ਭੇਜ ਦੇ, ਬੜੀ ਤੰਗੀ ਜਾਣੀ ਜੀ। ਤੁਹਾਨੂੰ ਲੱਗਦਾ ਕਿ ਜਾਣਾ ਨਹੀਂ ਚਾਹੀਦਾ ਸੀ ਬਾਹਰ? ਨਹੀਂ, ਭੇਜਣ ਵਾਲੀ ਮਜਬੂਰੀ ਨੂੰ ਕੁਛ ਕਮਾ ਕੇ ਦੇਗਾ ਪਰ ਭਾਜੀ ਕੰਮ ਉਲਟਾ ਵਿਗਾੜਦੇ। ਇਹ ਪੀੜਿਤ ਪਰਿਵਾਰ ਹੁਣ ਸਰਕਾਰਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਪੁੱਤ ਵਾਪਸ ਆ ਸਕੇ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੇ ਨਾਲ ਬਿਊਰੋ ਰਿਪੋਰਟ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563।